ਲੋ ਜਨਾਬ, ਇਹ ਇੱਕ ਟੱਕਾ ਟੱਕ ਗੇਮ ਨਿਕਲੀ ਹੈ ਅਤੇ ਆਕਬ ਸਾਹਿਬ ਜਲਾਨ ਦੀ ਤਾਂ ਆਕਬ ਸਾਹਿਬ ਸਭ ਤੋਂ ਪਹਿਲਾਂ ਕਿੰਝ ਫੜੀ ਤੈਨੂੰ ਪਹਿਲਾਂ ਚੈੱਕ ਕਰਾਓ, ਦੱਸੋ ਨਾਲ ਨਾਲ ਕਿੰਝ ਫੜਨਾ ਇਹਨੂੰ ਤੂੰ ਜਨਾਬ। ਇਹ ਹੱਥ ਹੋਲਡਰ ਤੋਂ ਫੜ ਲੈਣਾ, ਨਾਲ ਬੋਲੋ ਵੀ ਨਾ ਸਰਕਾਰ, ਇਹ ਤੋਂ ਫੜ ਲੈਣਾ ਇਹਨੂੰ ਆਪਸ ਹੀ ਜਨਾਬ ਤੁਸੀਂ ਟਾਕਾ ਟਾਕਾ ਟੱਕ ਟੱਕ ਕਰਨਾ ਤਾਂ ਦੇਖੋ ਕਿੰਨਾ ਜ਼ਬਰਦਸਤ ਹੱਥ ਆਕਬ ਨੇ ਕੀਤਾ। ਅਤੇ ਸਰਕਾਰ ਕਿੰਨੇ ਦੀ ਲਈ ਜੇ? 150 ਦੀ ਲਈ ਹੈ ਜਨਾਬ ਆਕਬ ਨੇ। ਇਹ ਦੇਖਿਆ ਜੀ, ਇਹ ਤਰੀਕਾ ਜੀ ਸਾਰਾ, ਜਿਹੜੇ ਬੱਚੇ ਬੜੇ ਪਰੇਸ਼ਾਨ ਹੋਏ ਨੇ, ਬੱਚੇ ਜਿਹੜੇ ਨੇ ਖੇਡਦੇ ਨੇ ਇਸ ਵੇਲੇ ਤੇ, ਲੇਕਿਨ ਇਹਨਾਂ ਨੂੰ ਚਲਾਉਣਾ ਕੋਈ ਨਹੀਂ ਆਉਂਦਾ, ਅਤੇ ਜੇ ਤੂੰ ਚਲਾਉਣਾ ਨਾ ਆਵੇ ਤਾਂ ਫਿਰ ਇਹਦਾ ਫਾਇਦਾ ਕੀ ਹੈ? ਦੇਖਿਆ ਇਹ ਚੀਜ਼ ਜੇ ਸਾਰੀ ਹੈ, ਆਕਬ ਨੂੰ ਜਹਾਜ਼ ਜੇ ਸਾਰੀ। ਦੇਖੋ ਆਇਆ ਜੇ ਮਾਦਾ ਵੀ, ਇਹ ਟੱਕਾ ਟੱਕ ਗੇਮ ਬੜੀ ਚੱਲ ਗਈ ਹੈ, ਕਈ ਬੱਚੇ ਤਾਂ ਜਿਹੜਾ ਨਾ ਖਰਾਬ ਹੋ ਰਹੇ ਅਤੇ ਕਈ ਬੱਚੇ ਖੁਸ਼ ਹੋ ਰਹੇ, ਠੀਕ ਹੈ? ਅਤੇ ਮੇਰਾ ਸ਼ੀਸ਼ਾ ਨਾ ਭੰਨ ਛੱਡਿਆ ਜੇ, ਦੇਖੋ ਜਨਾਬ ਇਹ ਜੇ ਟੱਕਾ ਟੱਕ। ਹੋਰ ਜਨਾਬ ਚਲਾਓ ਜਨਾਬ, ਦੋਏ ਕਿਹੜਾ ਪਹਿਲੇ ਜ਼ਿਆਦਾ ਦੇਰ ਚਲਾ ਕੇ ਰੱਖਦਾ? ਦੇਖਿਆ ਆਕਬ ਨੂੰ ਸਹੀ ਜਹਾਜ਼ ਜੇ ਸਾਰਿਆਂ ਨਾਲੋਂ, ਪੂਰੇ ਜਲਾਲਪੁਰ ਸੋਬਤ ਜਹਾਜ਼ ਤੇ ਇਧਰ ਆਕਬ ਨੂੰ ਚਲਾਉਣ ਦੀ ਗੇਮ, ਬਾਕੀ ਕਿਸੇ ਨੂੰ ਨਹੀਂ। ਆਕਬ ਸਾਹਿਬ ਸ਼ੀਸ਼ੇ ਨਾਲ ਭਾਂਸੜੇ ਨਾਲ ਮੇਰਾ ਸਿਰ ਨਾ ਪਾੜ ਛੜਿਓ ਕਿਰਿਆ ਦੇ ਨਾਲ, ਮੈਨੂੰ ਲੱਗਦਾ ਮੇਰਾ ਸਿਰ ਤੁਸੀਂ ਪਾੜਨਾ। ਕਿੱਥੋਂ ਸੀ ਜਹਾਜ਼ ਤੁਸੀਂ? ਜਨਾਬ ਚਾਚੇ ਰਾਜਾ ਸਾਈਏ, ਜਦੋਂ ਅਸੀਂ ਚਾਚੇ ਰਾਜ ਤੁਹਾਨੂੰ ਜਨਾਬ ਵਜਾ ਕੇ ਦੱਸਿਆ ਟਕਾ ਟੱਕ, ਬੋਤਲ ਵੀ ਨਾਲ ਪਈ ਅਤੇ ਨਾਲ ਟਕਾ ਟੱਕ ਵਜਾ ਕੇ ਦੱਸੀ, ਅਤੇ ਹੁਣ ਅੱਕ ਹੀ ਲੱਗੇ ਆ ਵਜਾਣ। ਬਿਲਕੁਲ ਮਾਦਾ, ਤੂੰ ਕਿੰਨੇ ਲਈ ਏ? ਮਾਦਾ ਕਿੰਨੇ ਦੀ ਲਈ ਏ? ਚਾਰ ਦੱਸੀ ਜੇ, ਕਿਆ ਬਾਤ ਏ, ਹਫਤ ਮੰਤਰ ਨੇ ਠੀਕ ਹੋ ਗਿਆ। ਉਹ ਚਾਚਾ ਜੀ ਕੇ ਲਾ ਲਿਆ ਜੇ, ਉਹ ਜੰਮ ਨੂੰ ਵੇਚਣ ਲਾ ਪਏ ਰਾਤੀ, ਤੁਸੀਂ ਟਕਾ ਟਕ ਵੇਚਦੇ ਪਏ, ਹੁਣ ਜੰਮ ਨੂੰ ਵੇਚਦੇ ਪਏ? ਅੱਛਾ ਲਓ ਜੀ, ਆਫਤ ਮੰਤਰ ਜੰਮ ਨੂੰ ਲਿਆ ਕੇ ਰੱਖੇ ਨੇ, ਚਾਚੇ ਦੀ ਵੇਚ ਰਹੇ ਨੇ। ਇਹ ਮਲਕਾਂ ਦਾ ਆਇਆ ਜੇ, ਇਹ ਵੀ ਜਿਹੜਾ ਨਾ ਨਾਸ਼ਤਾ ਦੇ ਰਿਹਾ ਇਸ ਟਾਈਮ ਫੁੱਲ, ਇਹ ਨਾਸ਼ਤੇ ਵਾਲਾ ਵੀ ਆ ਗਿਆ, ਚੈੱਕ ਕਰ ਲਓ।